ਤਨਤਨ ਸਿਟੀ ਦੇ ਨਵਨਿਯੁਕਤ ਡੀਐਸਪੀ ਕਰਨਜੀਤ ਸਿੰਘ ਔਲਖ ਨੇ ਆਪਣਾ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੈਨੂੰ ਗੁਰੂ ਨਗਰੀ ਤਨਤਨ ਵਿੱਚ ਬਤੌਰ ਡੀਐਸਪੀ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਸ਼ਹਿਰ ਵਿੱਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰਿੰਦਰ ਸਿੰਘ ਟਿੰਕੂ, ਹਰਪ੍ਰੀਤ ਸਿੰਘ ਸਿੰਧਵਾਲ, ਨਿਸ਼ਾਨ ਸੋਤਾ ਅਤੇ ਕਈ ਪੱਤਰਕਾਰ ਮੌਜੂਦ ਸਨ। ਇਨਕਾਊਂਟਰ ਨਿਊ ਤਰਨਤਾਰਨ ਤੋਂ ਹੈਰੀ ਨਾਗਪਾਲ ਦੀ ਰਿਪੋਰਟ। ਬਤੌਰ ਡੀਐਸਪੀ ਸ਼ਹਿਰ ਵਾਸੀਆਂ ਨੂੰ ਸੰਦੇਸ਼ ਇਹੀ ਹੈ ਕਿ ਮੇਰਾ ਪਹਿਲਾ ਕੰਮ ਬਤੌਰ ਡੀਐਸਪੀ ਇਹ ਹੋਏਗਾ ਕਿ ਸਾਡੇ ਵਿੱਚ ਵਿਸ਼ਵਾਸ ਪੈਦਾ ਹੋਵੇ ਲੋਕਾਂ ਦਾ। ਅਸੀਂ ਇੰਨਾ ਇਸ ਤਰ੍ਹਾਂ ਕੰਮ ਕਰੀਏ ਕਿ ਲੋਕ ਆਪਣੇ ਆਪ ਕਹਿਣ ਕਿ ਪੁਲਿਸ ਕੰਮ ਕਰ ਰਹੀ ਆ। ਮੇਰੇ SHOs, ਮੈਂ ਉਹਨਾਂ ਨੂੰ ਕੀਤੀ ਹੈਗੀ ਆ ਮੀਟਿੰਗ ਕਰਕੇ, ਮੇਰੇ SSP ਸਾਹਿਬ, ਉਹਨਾਂ ਦੀਆਂ ਬਹੁਤ ਕਲੀਅਰ ਇੰਸਟਰਕਸ਼ਨ ਨੇ, ਵੈਰੀ ਕਲੀਅਰ ਇੰਸਟਰਕਸ਼ਨ। ਜਿਸ ਤਰ੍ਹਾਂ SSP ਸਾਹਿਬ ਨੇ ਕੱਲ੍ਹ ਸਾਨੂੰ ਮੀਟਿੰਗ ਦੇ ਵਿੱਚ ਬਰੀਫ ਕੀਤਾ ਆ, ਮੇਰੀ ਕੋਸ਼ਿਸ਼ ਆ ਕਿ ਮੈਂ ਉਹਨੂੰ ਆਪਣੇ SHOਆਂ ਤੋਂ ਇੰਪਲੀਮੈਂਟ ਕਰਾਵਾਂ ਜੀ। ਉਹਦੇ ਵਿੱਚ ਦੇਖੋ ਜੀ, ਰੇਹੜੀਆਂ ਵਾਲੇ ਜਿਹੜੇ ਹੈਗੇ ਆ, ਰੇਹੜੀਆਂ ਵਾਲੇ ਦਾ ਪੁਲਿਸ ਨੇ ਤਾਂ ਜੋ ਚਲਾਨ ਕਰਨਾ, ਮੰਨ ਲਓ ਕੋਈ ਵਹੀਕਲ ਆ ਵਗੈਰਾ ਵਗੈਰਾ, ਉਹਦੇ ਵਿੱਚ ਮੈਂ ਨਗਰਪਾਲਿਕਾ ਦਾ ਲਊਂਗਾ, ਸਹਿਯੋਗ ਲਊਂਗਾ ਕਿ ਰੇਹੜੀਆਂ ਵਾਲੇ ਜਿਹੜੇ ਆ ਉਹ ਆਮ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਪਰੇਸ਼ਾਨੀ ਨਾ ਕਰਨ।